ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਸਭ ਦਾ ਪੰਜਾਬ ਦੀ ਟੀਮ ਪਿੰਡ ਤਾਰੋਕੇ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਪਹੁੰਚੇ ਹਾਂ। ਅੱਜ ਦੀ ਮੁਲਾਕਾਤ ਬਾਬਾ ਜੀ ਮੁਹੰਮਦ ਸਦੀਕ ਨਾਲ ਹੈ, ਜਿਹੜੇ 47 ਤੋਂ ਪਹਿਲੇ ਬਨਾਰਸੀ ਲਾਲ ਸਨ। ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਉਹ ਕਹਾਣੀ ਕਿ ਇਹਨਾਂ ਦਾ ਟੱਬਰ ਕਿਸ ਤਰ੍ਹਾਂ ਪਾਕਿਸਤਾਨ ਰਹਿ ਗਿਆ ਅਤੇ ਇਹਨਾਂ ਦੇ ਚਾਚੇ ਬਾਬੇ ਜਿਹੜੇ ਹਿੰਦੂ ਸਨ ਉਹ ਹਿੰਦੁਸਤਾਨ ਚਲੇ ਗਏ, ਅਤੇ ਇਹਨਾਂ ਦਾ ਖਾਨਦਾਨ ਕਿਸ ਤਰ੍ਹਾਂ ਇਸਲਾਮ ਦੇ ਵਿੱਚ ਆਇਆ। ਸਾਰੀ ਦਰਦਨਾਕ ਕਹਾਣੀ ਸੁਣਾਂਗੇ ਨਾ ਬਜ਼ੁਰਗਾਂ ਦੀ ਜ਼ੁਬਾਨੀ। ਅਸਲਾਮੁਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਖੈਰ ਸ਼ੁਕਰ ਹੈ ਅਲਹਮਦੁਲਿਲਾ। ਬਾਬਾ ਜੀ ਕੀ ਨਾਮ ਹੈ ਆਪਣਾ? ਮੁਹੰਮਦ ਸਦੀਕ। ਮੁਹੰਮਦ ਸਦੀਕ, ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਮੁਹੰਮਦੀਨ। ਮੁਹੰਮਦੀਨ, ਜਦੋਂ ਤੁਸੀਂ ਹਿੰਦੂ ਸੀ ਜੀ ਉਦੋਂ ਤੁਹਾਡਾ ਬਚਪਨ ਦੇ ਕੀ ਨਾਮ ਸੀ? ਬਨਾਰਸੀ ਲਾਲ। ਬਨਾਰਸੀ ਲਾਲ, ਤੁਹਾਡੇ ਵਾਲਦ ਸਾਹਿਬ ਦਾ? ਗਣਪਤ। ਗਣਪਤ, ਧਨਪਤ। ਧਨਪਤ, ਸਹੀ ਹੋ ਗਿਆ। ਦਾਦਾ ਜੀ ਦਾ ਕੀ ਨਾਮ ਸੀ? ਦਾਦੇ ਦਾਦੇ ਅੱਗੋਂ ਫਿਰ ਬੜਾ ਵਾ ਬਾਹਰ ਦਾ ਬੜਾ। ਤੇ ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ ਭੈਣ ਭਰਾ ਚਾਰ। ਉਹਨਾਂ ਦਾ ਕੀ ਕੀ ਨਾਮ ਸਨ? ਇੱਕ ਦੇ ਨਾਂ ਸੂਲਾ ਸੀ, ਇੱਕ ਦੇ ਨਾਂ ਸਕੀਦਾ ਸੀ ਭੈਣ ਦੇ ਨਾਲ, ਤੇ ਭਰਾ ਦੇ ਨਾਂ ਸੀ ਗੁਲਾਮ ਰਸੂਲ, ਮੇਰੇ ਨਾਂ ਸੀ ਮੁਹੰਮਦ ਸਦੀਕ। ਅੱਛਾ, ਤੇ ਭਰਾ ਦਾ ਪਹਿਲਾ ਨਾਂ ਕੀ ਸੀ? ਉਹਦਾ ਨਾਮ ਮੋਨਕ ਰਾਮ। ਮੋਨਕ ਰਾਮ, ਹਾਂ। ਤੇ ਭੈਣਾਂ ਦਾ? ਇੱਕ ਦਾ ਪਿਆਰਾ ਸੀ, ਸਰਦ ਕੌਰ। ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਪਾਂ ਜਿਹੜੇ ਪਿੰਡ ਬੈਠੇ ਹਾਂ ਜੀ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਆ? ਇਹ ਫਤਿਹ ਕੀ, ਦਤੂ ਸੁਜਾ, ਬੁੱਗੇ, ਲਵੇਰੇ। ਸਹੀ, ਇਹਦੀ ਤਹਿਸੀਲ ਕਿਹੜੀ ਸੀ? ਗੁਜਰਾਣਾ। ਜ਼ਿਲ੍ਹਾ? ਹਾਂ, ਜ਼ਿਲ੍ਹਾ ਗੁਜਰਾਣਾ। ਅੱਛਾ, ਜ਼ਿਲ੍ਹਾ ਗੁਜਰਾਣਾ। ਤੇ ਹੁਣ ਤਹਿਸੀਲ ਹੈ ਜੀ ਨੌਸ਼ਹਿਰਾ ਫਿਰਕਾ ਜੀ? ਹਾਂ, ਸਹੀ ਹੋ ਗਿਆ। 47 ਵੇਲੇ ਜਦੋਂ ਜਾੜੇ ਪਏ, ਉਸ ਵੇਲੇ ਉਮਰ ਕਿੰਨੀ ਸੀ ਆਪਣੀ? ਐਸੀ 13 ਸਾਲ। 13 ਸਾਲ, ਤੁਹਾਨੂੰ ਇਹਦਾ ਮਤਲਬ ਪਿੰਡ ਦਾ ਪੂਰਾ ਪਤਾ? ਮਾਸੀ ਘਰ ਜਾਣਦਾ। ਅੱਛਾ ਅੱਛਾ, ਇੱਥੇ 47 ਤੋਂ ਪਹਿਲੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਇਹ ਸਿੱਖ ਵੀ ਸਨ, ਖੱਤਰੀ ਵੀ ਸਨ, ਬ੍ਰਾਹਮਣ ਵੀ ਸਨ। ਅੱਛਾ ਜੀ, ਹਾਂ। ਤੁਸੀਂ ਬ੍ਰਾਹਮਣ? ਅੱਜ ਬ੍ਰਾਹਮਣ। ਤੁਹਾਡੀ ਗੋਤ ਕੀ ਹੈ? ਲਖਨਪਾਲ। ਲਖਨਪਾਲ ਜੀ, ਹਾਂ, ਸਹੀ ਹੋ ਗਿਆ। ਜਿਹੜੇ ਸਿੱਖ ਰਹਿੰਦੇ ਸੀ ਜੀ, ਹਾਂ, ਉਹ ਵਿਰਕ ਸਨ ਕਿ ਹੋਰ ਜੱਟ ਸਨ? ਕੋਈ ਹੋਰ ਜੱਟ ਸਨ ਜੀ। ਕਿਹੜੇ ਸਨ? ਢਿੱਲੂ ਸਨ? ਕਿਹੜੇ ਸਨ? ਕੋਈ ਵਿਰਕਾ ਚੋ ਸੀ, ਕੋਈ ਢਿੱਲਵਾਂ ਚੋ ਸੀ, ਆਪੋ ਆਪਣੇ ਖੋਤਾ ਹਾਲ। ਅੱਛਾ, ਲੰਬੜਦਾਰ ਕਿੰਨੇ ਹੁੰਦੇ ਸੀ ਉਸ ਵੇਲੇ? ਇੱਕ ਲੰਬੜਦਾਰ ਹੁੰਦਾ ਸੀ। ਕੀ ਨਾਂ ਸੀ ਉਹਦਾ? ਹਰਨਾਮ ਸਿੰਘ। ਹਰਨਾਮ ਸਿੰਘ, ਹਾਂ, ਸਹੀ ਹੋ ਗਿਆ। ਪਿੰਡ ਦਾ ਮਤਲਬ ਛੋਟਾ ਜਿਹਾ ਸੀ ਉਸ ਵੇਲੇ? ਹਾਂ, ਛੋਟਾ ਸੀ, 2-10 ਸੀ ਜਿਹੜਾ, ਹੁਣ ਤਾਂ ਬੜਾ ਹੋ ਗਿਆ ਨਾ। ਅੱਛਾ, ਤੇ ਮੁਸਲਮਾਨ ਬਰਾਦਰੀ ਵੀ ਰਹਿੰਦੀ ਸੀ ਇੱਥੇ? ਹਾਂ, ਮੁਸਲਮਾਨ ਜੀ, ਬੇਮਾਲਕ ਸਨ ਮੁਸਲਮਾਨ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇੱਥੇ? ਬਥੇਰੀ ਚੀਬਣੇ ਵੀ ਸਾਲ, ਕਬਿਆਰ ਵੀ ਸਾਲ, ਉੜਾ ਬੜਾ ਸਾਰੇ ਸਾਰੇ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਉਸ ਵੇਲੇ ਸਕੂਲ ਹੁੰਦਾ ਸੀ? ਨਹੀਂ, ਸਕੂਲ ਕੋਈ ਨਹੀਂ। ਸਕੂਲ ਕਿੱਥੇ ਪੜ੍ਹਨ ਜਾਂਦੇ ਸੀ? ਨਾ ਤੁਸੀਂ ਜੀ। ਤੁਸੀਂ ਵੀ ਪੜ੍ਹਦੇ ਰਹੇ ਜੀ? ਹਾਂ। ਕਿੰਨਵੀਂ ਤੱਕ ਪੜ੍ਹੇ? ਦੂਸਰੀ ਤੱਕ। ਅੱਛਾ, ਦੂਸਰੀ ਤੱਕ। ਹਾਂ, ਇੱਥੋਂ ਨਾ ਤੁਸੀਂ ਵੀ ਜਾਂਦੇ ਸੀ? ਹਾਂ, ਉਹ ਦੂਸਰੀ ਬਣ ਲੱਗਾ। ਅੱਛਾ, ਹਾਂ। ਤੁਹਾਡੇ ਨਾਲ ਕਿਹੜੇ ਕਿਹੜੇ ਬੱਚੇ ਪੜ੍ਹਦੇ ਸੀ? ਕੋਈ ਨਾਂ ਯਾਦ ਨੇ ਉਹਨਾਂ ਦੇ? ਆ ਇੱਕ ਸਾਲ ਗੁਜਰਿਆ ਸੀ ਹੁਣ ਤੇ, ਹਿੰਦੂਆਂ ਦਾ। ਹਾਂਜੀ, ਹਿੰਦੂਆਂ ਸਿੱਖਾਂ ਦੇ। ਹਾਂ, ਨਾਂ ਉਹਨਾਂ ਦੇ ਭੁੱਲ ਗਏ। ਅੱਛਾ, ਹਾਂ, ਸਹੀ ਹੋ ਗਿਆ। ਅੱਛਾ ਬਾਬਾ ਜੀ, ਸਭ ਨਾਲ ਲੈਂਡ ਲਾਰਡ ਖਾਣ ਪੀਣ ਵਾਲਾ ਬੰਦਾ ਕਿਹੜਾ ਸੀ ਤੁਹਾਡੇ ਪਿੰਡ ਦੇ ਵਿੱਚ? ਚੌਧਰੀ ਲੰਬੜਦਾਰ। ਲੰਬੜਦਾਰ ਸੀ? ਹਾਂ, ਰਾਮ ਸਿੰਘ। ਕਿੰਨੀ ਕੁ ਜ਼ਮੀਨ ਸੀ ਇਹਦੀ? ਉਹ ਜ਼ਮੀਨ ਬਾਬਾ ਸੀ ਚੁੱਕੀ, 2-3-4 ਮਰਬੇ ਸੀ। ਅੱਛਾ, 2-4 ਮਰਬੇ ਸੀ। ਹਾਂ, ਸਹੀ ਹੋ ਗਿਆ। ਇਹ ਪਿੰਡ ਦੇ ਆਲੇ ਦੁਆਲੇ ਖੂਹ ਲੱਗੇ ਹੁੰਦੇ ਸੀ? ਲੱਗੇ ਹੁੰਦੇ ਸੀ। ਕੋਈ ਨਾਂ ਚੇਤਾ ਖੂਹਾਂ ਦੇ? ਆਹੋ, ਦੱਸੋ।
ਦੁਆਟਾ, ਸਮਰਾ ਵਾਲਾ, ਵਿਚਲਾ, ਬਾਲੀ ਵਾਲਾ, ਸਹੀ ਸੁਦਾਗਰ ਵਾਲਾ। ਸਹੀ ਹੋ ਗਿਆ। ਤੇ ਤੁਹਾਡੇ ਜਿਹੜੇ ਬਜ਼ੁਰਗ ਸੀ ਉਹ ਕੀ ਕੰਮ ਕਰਦੇ ਹੁੰਦੇ ਸੀ? ਜ਼ਿਮੀਦਾਰ। ਜ਼ਿਮੀਦਾਰਾਂ ਕਰਦੇ ਸੀ। ਹਾਂਜੀ। ਆਪਣੀ ਜ਼ਮੀਨ ਹੈ ਸੀ? ਹਾਂਜੀ। ਕਿੰਨੇ ਏਕੜ ਜ਼ਮੀਨ ਸੀ? ਅਸੀਂ 20 ਏਕੜ। 20 ਏਕੜ। ਜਾ ਸਹੀ ਹੋ ਗਿਆ। ਤੁਹਾਡੇ ਕੋਈ ਚਾਚੇ ਵੀ ਹੈ ਸਨ ਇੱਥੇ ਜਿਹੜੇ ਰਹਿੰਦੇ ਸੀ? ਆਹੋ। ਉਹਨਾਂ ਦਾ ਕੀ ਨਾਂ ਸਨ? ਉਹਨਾਂ ਇੱਕਦਮ ਰਾਮਚੰਦ ਸੀ, ਰਾਮਚੰਦ। ਇੱਕ ਮਹਿਲਾ ਰਾਮ ਸੀ। ਮਹਿਲਾ ਰਾਮ। ਹਾਂ, ਇੱਕ ਅਰਸਰ ਆਜ ਸੀ। ਉਹ ਚਾਚਾ ਜੀ ਸਨ ਤੁਹਾਡੇ? ਹਾਂ। ਤੁਹਾਡੇ ਵਾਲਾ ਸਾਹਿਬ ਇਹਨਾਂ ਤੋਂ ਵੱਡੇ ਸਨ ਆਹ? ਵੱਡੇ ਸਨ ਸਭ ਨੂੰ। ਜਾ ਅੱਛਾ ਬਾਬਾ ਜੀ, ਉਸ ਵੇਲੇ ਮਸਜਿਦ ਹੈ ਸੀ ਪਿੰਡ ਦੇ ਵਿੱਚ? ਆਏ ਸੀ। ਕਿਹੜੇ ਪਾਸੇ ਸੀ? ਇੱਥੇ ਜਿੱਥੇ ਹੋਣੇ ਨਾ, ਹਾਂਜੀ, ਇੱਥੇ ਸੀ ਮਸਜਿਦ। ਅੱਛਾ, ਇੱਥੇ ਮਸਜਿਦ ਸੀ। ਹਾਂ। ਤੇ ਗੁਰਦੁਆਰਾ ਸੀ? ਗੁਰਦੁਆਰਾ, ਗੁਰਦੁਆਰਾ ਵੀ ਸੀ। ਉਹ ਕਿੱਥੇ ਸੀ? ਉਹ ਪਿੰਡ ਦੇ ਵਿਚਕਾਰ ਸੀ। ਪਿੰਡ ਦੇ ਵਿਚਕਾਰ ਸੀ। ਤੇ ਹਿੰਦੂਆਂ ਦਾ ਕੋਈ ਨਹੀਂ ਸੀ ਮੰਦਿਰ? ਉਹ ਗੁਰਦੁਆਰੇ ਸੀ ਜੀ। ਅੱਛਾ, ਉੱਥੇ ਜਾਂਦੇ ਸੀ? ਉੱਥੇ। ਸਹੀ ਹੋ ਗਿਆ। ਤੁਸੀਂ ਆਪਣੇ ਤਿਉਹਾਰ ਮਨਾਉਂਦੇ ਹੁੰਦੇ ਸੀ ਜਦੋਂ ਹਿੰਦੂ ਸੀ? ਆਹੋ ਜੀ, ਮਨਾਉਂਦੇ ਸਨ। ਕਿਹੜੇ ਕਿਹੜੇ ਤਿਉਹਾਰ ਹੁੰਦੇ ਸੀ ਤੁਹਾਡੇ? ਉਹ ਮਹੀਨੇ ਦੇ ਮਹੀਨੇ ਕਰਦੇ ਸਨ ਯਾਰ, ਉੱਥੇ ਯਾਰ ਗਰਵਾ ਉਰਵਾ ਪਕਾਉਂਦੇ ਸਨ, ਖਵਾਉਂਦੇ ਸਨ ਸਾਨੂੰ ਬੱਚਿਆਂ ਨੂੰ ਬਾ ਕੇ। ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ ਤੁਸੀਂ ਪੜ੍ਹਦੇ ਸੀ ਹਾਂ, ਉੱਥੇ ਮਾਸਟਰ ਕਿਹੜੇ ਪੜ੍ਹਾਉਂਦੇ ਸੀ ਤੁਹਾਨੂੰ? ਮੁਸਲਮਾਨ ਪੜ੍ਹਾਉਂਦੇ ਕਿ ਸਿੱਖ ਜਾਂ ਹਿੰਦੂ? ਹਿੰਦੂ ਸੀ। ਕੀ ਨਾਂ ਸੀ ਉਹਦਾ? ਨਾਂ ਵੀ ਭੁੱਲ ਗਿਆ ਜਿਹੜੇ, ਅਸੀਂ ਕਰਾਂ ਚੱਲ ਜਿੱਤੇ ਕਿਵੇਂ ਗਏ ਨੇ, ਔਰਖੀ ਔਰਖੀ ਬਣਾ ਔਰਖੀ ਹੋ ਜਾਂਦਾ ਸੀ। ਅੱਛਾ, ਮਾਸਟਰ ਔਲ ਮਾਸਟਰ ਔਲ ਭਾਈ ਕੇ ਔਰ ਕਾ ਭਾਈ ਕੇ। ਅੱਛਾ, ਉੱਥੋਂ ਆਉਂਦਾ ਸੀ? ਬ੍ਰਹਿਮਣ ਸੀ ਉਹ। ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਤੁਸੀਂ ਲੋਕ ਕਿੱਦਾਂ ਰਹਿੰਦੇ ਹੁੰਦੇ ਸੀ ਜਦੋਂ ਆਪਸ 'ਚ ਇੱਥੇ ਸਿੱਖ ਮੁਸਲਮਾਨ ਹਿੰਦੂ ਰਹਿੰਦੇ? ਬਿਲਕੁਲ ਠੀਕ ਰਹਿੰਦੇ ਸਨ। ਕੋਈ ਲੜਾਈ ਚੱਲ? ਨਾ ਨਾ ਨਾ, ਉਹ ਲੰਬਾ ਦਾਸ ਜਿਹੜਾ ਸੀ ਨਾ, ਉਹ ਹੁਣ ਹੀ ਨਹੀਂ ਸੀ ਦਿੰਦਾ ਪਿੰਡ ਦੇ ਵਿੱਚ। ਅੱਛਾ, ਪੁਲਿਸ ਤੇ ਵੜਨ ਨਹੀਂ ਦਿੰਦਾ ਕਿ ਉਹ। ਅੱਛਾ, ਬਾਬਾ ਚੱਲਦੀ ਸੀ ਉਹ? ਚੱਲਦੀ ਸੀ। ਪੁਲਿਸ ਆਉਂਦੀ ਆ, ਮੈਂ ਵੀ ਬੈਠਾ, ਤੁਸੀਂ ਲੈ ਲਾਇਆ ਹੋਵੇ। ਅੱਛਾ, ਹਾਂ। ਤੁਹਾਡੇ ਪਿੰਡ ਦੇ ਵਿੱਚ ਕੋਈ ਭਲਵਾਨ ਵੀ ਹੋਇਆ ਉਸ ਵੇਲੇ? ਆਹ ਮੁੰਡੇ ਕਬੱਡੀ ਛੋਟੀ ਖੇਡਦੇ ਲੈ ਲੈ ਕੇ। ਮੇਲਾ ਸ਼ੇਲਾ ਲੱਗਦਾ ਸੀ ਕੋਈ? ਆਹ ਲਵੇਰੀ ਮੇਲਾ ਲੱਗਦਾ ਸੀ। ਤੁਸੀਂ ਜਾਂਦੇ ਰਹੇ ਹੋ? ਹਾਂ, ਜਾਂਦੇ ਸਾਂ। ਅੱਛਾ, ਗੁਲਾਮ ਦੱਸ ਗਈ ਲਾਲਾ ਹੀ ਮੇਲਾ। ਮੀਆਂ ਗੁਲਾਮ ਦੱਸ ਗਈ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ ਜੀ, ਹਾਂ, ਉਦੋਂ ਕਿਸ ਤਰ੍ਹਾਂ ਤੁਹਾਡੇ ਲੋਕ ਉੱਥੇ ਕਿੱਦਾਂ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਕਿ ਪਾਕਿਸਤਾਨ ਆਇਆ ਬਣ ਗਿਆ, ਉੱਧਰ ਹਿੰਦੁਸਤਾਨ ਬਣ ਗਿਆ? ਉਦੋਂ ਜੀ ਇਸ ਐਲਾਨ ਹੋ ਗਿਆ ਨਾ, ਬਾ ਉੱਠ ਜਾਓ ਬਾਈ, ਉੱਠ ਜਾਓ, ਤੇ ਇਸ ਕੱਪ ਬੜਿਆ ਸੀ ਚੂੜਕਾਣਾ। ਹਾਂਜੀ, ਚੂੜਕਾਣਾ, ਚੂੜਕਾਣੇ ਕੱਪ ਬੜਿਆ ਸੀ। ਅੱਛਾ, ਤੇ ਕਹੇ ਸਾਰੇ ਟੁੱਟ ਗਏ ਤੋਂ, ਤੇ ਦੋ ਕੁ ਸਿੱਖ ਇੱਥੇ ਰਹਿ ਗਏ। ਅੱਛਾ, ਕਿਹੜਾ ਕਿਹੜਾ ਸਿੱਖ ਰਹਿ ਗਿਆ? ਵਧਾਇਆ ਰਹਿ ਗਿਆ, ਬਾਲੀ ਰਹਿ ਗਿਆ। ਅੱਛਾ, ਅਸੀਂ ਰਹਿ ਗਏ, ਤੁਹਾਡਾ ਖਾਨਦਾਨ ਪੂਰਾ। ਹਾਂ, ਬਾਕੀ ਚਾਚੇ ਚਲੇ ਗਏ ਸੀ? ਉਹ ਚਲੇ ਗਏ। ਹਾਂਜੀ, ਅਸੀਂ ਸਾਡਾ ਪਿਓ ਪਿਓ ਜਿਹੜੇ ਉਹਦੀ ਔਲਾਦ ਰਹਿ ਗਏ। ਅੱਛਾ, ਹਾਂ। ਤੇ ਵਿਆਹ ਜਸਾ ਇੱਥੇ ਜੀ? ਹਾਂ। ਅੱਛਾ, ਪਹਿਲਾਂ ਦੋ ਮਿੰਟਾਂ ਜਿਵੇਂ ਤੁਸੀਂ ਆਏ ਹੋ ਬੈਠੇ ਹੋ, ਤੁਹਾਡੇ ਮਾਲ ਕੋਈ ਬੰਦਾ ਲੱਗਾ ਹੋਵੇ, ਤੇ ਮੈਂ ਕਿਹਾ ਤੁਸੀਂ ਬੈਠੇ ਨੂੰ ਪਰਿਵਾਰ ਨਾ ਸਮਝੋ। ਜਿਸੇ ਜਸਾ ਪਿਆ ਪਹਿਲਾਂ ਤਾਂ ਕਹਿੰਦੇ ਸਾਨੂੰ ਬੈਠੇ ਰਹੋ ਬੈਠੇ ਰਹੋ, ਕੋਈ ਡਰ ਨਹੀਂ, ਜੇ ਜਸਾ ਪਿਆ ਕਰਕੇ ਆਪਣਾ ਵਿਆਹ ਕਰ ਲਵੇ। ਅੱਛਾ, ਹਾਂ। ਫਿਰ ਅਸੀਂ ਛੋਟੇ ਛੋਟੇ ਇੱਥੇ ਬਾਗ ਹੁੰਦਾ ਸੀ ਬੜਾ ਸਾਰਾ, ਉਹਦੇ ਜਾ ਕੇ ਲੁਕੇ। ਕਾਹਦਾ ਬਾਗ ਸੀ ਉਹ? ਮਾਲਟਿਆਂ ਦਾ ਬੜਾ ਬੜਾ। ਅੱਛਾ, ਲੰਬੜਦਾਰ ਦਾ ਸੀ? ਲੰਬੜਦਾਰ ਦਾ। ਅੱਛਾ, ਹਾਂ, 2-3 ਕਿੱਲੇ ਸੀ। ਉੱਥੇ ਲੁਕੇ, ਉੱਥੇ ਜਗ੍ਹਾ ਪੈ ਗਿਆ, ਉਹ ਸਿੱਖਾਂ ਦੋਵਾਂ ਨੂੰ ਮਾਰ ਕੇ ਨਾ, ਤੇ ਮਾਰ ਕੇ ਖੂਨ ਵੜ ਗਏ ਬਾਗੇ। ਅੱਛਾ, ਜਿਹੜੇ ਸਿੱਖ ਰਹਿ ਗਏ ਸੀ ਪਿੰਡ ਦੇ ਵਿੱਚ? ਹਾਂ, ਉਹਨਾਂ ਨੂੰ ਮਾਰ ਲਿਆ ਉਹਨੇ।
ਉਹ ਜਵਾਨ ਸੀ ਕਿ ਵਡੇਰੇ ਸਨ? ਵਡੇਰੇ ਸਨ। ਅੱਛਾ। ਹਾਂ, ਮਾਲਕ ਸਨ ਵਾਹਵਾ ਹੋਏ ਤੇ ਉਹਨਾਂ ਨੂੰ ਮਾਰ ਕੇ ਫਿਰ ਜਸਾ ਪਿਆ ਵਗ ਗਏ। ਮਾਰ ਕੇ ਕੌਣ ਅੱਗੇ ਅਸੀਂ ਸਾਂ ਤੇ ਮੈਂ ਜਾਂਦਾ ਉਹ ਸਕੂਲੇ ਜਾਂਦਾ ਤੇ ਮੈਨੂੰ ਉਹਨਾਂ ਤੋਂ ਜਾਣਾ ਵੇਖੇ ਆ ਸੀ ਮੁੰਡੇ। ਅੱਛਾ। ਤੇ ਉਹ ਮੇਰੇ ਭਰਾ ਨੂੰ ਉਹਨਾਂ ਬੜਬ ਕੀਤੀ ਸਿੱਧੀ ਲਿਆ ਜੀ ਕੁਛ ਜੀ ਉਸ ਕੀ ਅਸੀਂ ਲਈ ਫਿਰ ਫਿਰ ਇੱਥੇ ਅਲੀ ਮਾਮਲ ਬਾਸ਼ੀ ਆਉਂਦਾ ਸੀ ਹਾਜੀ ਉਹ ਆਖਣ ਗਿਆ ਸਾਡਾ ਪੁੱਤਰ ਆ ਸਾਡਾ ਪੁੱਤਰ ਤੇ ਮੈਨੂੰ ਨਾ ਵੇਖੇ ਆਖਣ ਗਿਆ ਮੁੰਡਾ ਪੜ੍ਹਨ ਜਾਂਦਾ ਬ੍ਰਾਹਮਣ ਉਹ ਇੱਕ ਹੋਰ ਉਹ ਆਖਣ ਗਿਆ ਮੇਰਾ ਬੱਚਾ ਰੱਬ ਰੱਖਿਆ ਉੱਥੋਂ। ਅੱਛਾ। ਹਾਂ ਉੱਥੋਂ ਦੇ ਵਿਚਲੀ ਗਲੀ ਪਾਏ ਜਿੱਥੇ ਚੱਲ ਦੁਕਾਨਾਂ ਹੁਣ ਇੱਥੇ ਅੱਗੇ ਆਏ ਇੱਥੇ ਅੱਗੇ ਸਾਈ ਬੈਠੇ ਬਲਮਾ ਲੈ ਕੇ ਬੈਠੇ ਹਾਂ ਕਿ ਉੱਥੋਂ ਬਚ ਗਿਆ ਇੱਥੇ ਮਰ ਜਾਂਗੇ ਮੈਂ ਇੱਥੇ ਪਿੰਡ ਦੇ ਵਿਚਲੀ ਗਲੀ ਦੇ ਵਿੱਚ ਪੈ ਗਿਆ ਵਾਂ ਕੋਈ ਪੈਣ ਭਰਾ ਪੈਣ ਕਿਤੇ ਭਰਾ ਕਿਤੇ ਆਪੋ ਖਿਲਰ ਫਿਲਰ ਗਿਆ ਸਾਰਾ ਟੱਬਰ ਖਿਲਰ ਗਿਆ ਡਰਦਾ ਉਹ ਇੱਕ ਸੈਨ ਸੀ ਮੈਂ ਉਹਦੇ ਅੰਦਰ ਲੱਗਾ ਵੜਨ ਉਸ ਮੈਂ ਅੱਗੋਂ ਮਾਰ ਕੇ ਧੱਕਾ ਮੈਨੂੰ ਗਲੀ ਸੁੱਚ ਦਿਆ ਫਿਰ ਉੱਥੇ ਨਿਕਲਿਆ ਘਰ ਆਇਆ ਮੈਂ ਕੋਈ ਸ਼ਹਿਰ ਦਾ ਤਵਾ ਉੱਤੇ ਪਿਆ ਸੜੇ ਚੁੱਲਦੇ ਬੂਹੇ ਲੱਥੇ ਕੋਈ ਸ਼ਹਿਰ ਦਾ ਰਹਿ ਗਏ ਫਿਰ ਇੱਥੇ ਪਿੰਡ ਦੇ ਸਨ ਦੋ ਬੰਦੇ ਇੱਕ ਨਾਈ ਸੀ ਇੱਕ ਜੱਟ ਸੀ ਉਹਨਾਂ ਸਾਨੂੰ ਹੌਲੀ 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 ਉਹਨਾਂ ਸਾਰਿਆਂ ਨੂੰ ਇਕੱਠਿਆ ਕਰ ਲਿਆ ਕੀ ਨਾਂ ਸੀ ਉਹਨਾਂ ਜੱਟ ਦਾ ਦੱਸੇ ਨਾਈ ਦਾ ਇਹ ਨਜੀਰਾ ਸੀ ਇੱਕ ਦੇ ਨਾਂ ਇੱਕ ਦੇ ਨਾਮ ਮੁਗਲ ਸੀ ਜਿਹੜਾ ਜੱਟ ਸੀ ਉਹਨਾਂ ਮੁਗਲ ਸੀ ਤੇ ਜਿਹੜਾ ਨਾਈ ਸੀ ਉਹਨਾਂ ਨਜੀਰਾ ਸੀ ਸਾਨੂੰ ਉਹਨੇ ਟੋਲ ਕੇ ਨਾ ਹੌਲੀ 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 ਉਹ ਜਿੱਥੇ ਰਹਿਣ ਦੀ ਡੇਰਾ ਉੱਥੇ ਲੈ ਗਿਆ ਸੇਮ ਦੇ ਉੱਤੇ ਆਹਦੇ ਹਵਾਲੇ ਰੱਬ ਦੇ ਪਾਈ ਉਹ ਸਾਡਾ ਪਿਓ ਜਿਹੜਾ ਮਾਲ ਲੈ ਗਿਆ ਸੀ ਡੇਰੇ ਦੇ ਉੱਤੇ ਇੱਥੇ ਡੇਰਾ ਹੁੰਦਾ ਸੀ ਉਹਦਾ ਨਾਲ ਡੇਰਾ ਹੋਰ ਜੱਟਾਂ ਦਾ ਹੁੰਦਾ ਸੀ ਸਾਡੇ ਪਿਓ ਨੂੰ ਉਹਨੇ ਉੱਥੇ ਲਕਾਇਆ ਸੀ ਮੁਸਲਮਾਨ ਜੱਟਾਂ ਹਾਂ ਉਹਨਾਂ ਫਿਰ ਸਾਨੂੰ ਬੁਲਾ ਦਿੱਤਾ ਸਾਰੇ ਇਕੱਠੇ ਹੋ ਗਏ ਅਸੀਂ ਫਿਰ ਉਹ ਟੁੱਟ ਪੈ ਗਿਆ ਆਹ ਮੌਲਵੀ ਦਾ ਝਾੜ ਇੱਥੇ ਉੱਥੇ ਗਿਆ ਸਾਡੇ ਪਿਓ ਜੀ ਬਾਅਦ ਇਸਲਾਮ ਦਾ ਮੁਸਲਮਾਨ ਦੇ ਨਾਲ ਬੜੀ ਇਸਲਾਮ ਦਾ ਸੀ ਸ਼ੁਰੂ ਤੋਂ ਲੈ ਕੇ ਪਿਆਰ ਸਾਂਢ ਸੀ ਉਹਨੂੰ ਉੱਥੇ ਸਾਈ ਬੈਠਾ ਮੈਂ ਜੀ ਛੱਪੜੇ ਪਾ ਕੇ ਉਸੇ ਨੂੰ ਵੇਖ ਲਿਆ ਉਹ ਭਰਾ ਤੂੰ ਕਿੱਤਲ ਭਰਾ ਤੂੰ ਕਿੱਤਲ ਕਿੱਤਲ ਕੇ ਮਰਨ ਲੱਗਾ ਫਿਰ ਨਾ ਇਸ ਤਰ੍ਹਾਂ ਮਾਰ ਤਾ ਉੱਥੇ ਮਾਰ ਜਾ ਉਹ ਆਖਾਂਗਾ ਦਰੇਰੀ ਕਰਦੇ ਵਧੀ ਤੇ ਡਰ ਕੋਈ ਨੀ ਉਹ ਮੁਸਲਮਾਨਾਂ ਕਰੋ ਪਾਣੀ ਮੰਗਵਾਇਆ ਪਾਣੀ ਆ ਪੀਤਾ ਫਿਰ ਤੁਹਾਡੇ ਆਖਣ ਮੁੰਡਾ ਗਮਰੂ ਦੋ ਆਪਣਾ ਸੱਦਿਆ ਉਸ ਕਿਹਾ ਆਓ ਨਾ ਮੇਰੀ ਗੱਲ ਸੁਣ ਇਹ ਬੜਾ ਪੜਦਾ ਇਹ ਆਉਂਦੇ ਨਾ ਜਾਣਾ ਚਟਵਾਂ ਚ ਇਹਨਾਂ ਤੋੜ ਝੱਲੀ ਛੱਡ ਕੇ ਆਉਣਾ ਹੀ ਤੇ ਜੇ ਤੂੰ ਗੈਰ ਨਜ਼ਰ ਵੇਖਿਆ ਨਾ ਤੇ ਤੇਰੀ ਮੈਂ ਸੀਤਾ ਸੀ ਕਦੀ ਮੇਰਾ ਭਰਾ ਹੀ ਜੇ ਅੱਛਾ ਜੇ ਤੁਰ ਪਾਇਆ ਅੱਗੇ ਜੋ ਲਗਾ ਗਿਆ ਬਗਰ ਬਗਰ ਇਹ ਲੱਗੇ ਜਾਂਦੇ ਜਿਸ ਝਟਵਾ ਦੀ ਬੁੱਤੀ ਦੇ ਵਿੱਚ ਵੜੇ ਆ ਅੱਗੋਂ ਪਾਇਆ ਨਾ ਬਰਦੇ ਬਲ ਬਲ ਲੈ ਕੇ ਉੱਥੇ ਜਿੱਥੇ ਲੁਕਿਆ ਸੀ ਹਾਂ ਨਹੀਂ ਨਹੀਂ ਪਿੰਡ ਦੇ ਪੈ ਗਿਆ ਜਗ੍ਹਾ ਸਾਡੇ ਮਗਰ ਮਗਰ ਆਉਂਦਾ ਅਸੀਂ ਜੈਸੇ ਅੱਗੇ ਅੱਗੇ ਜਾਂਦੇ ਹਾਂ ਦੂਰੋਂ ਦਿਸਦਾ ਵਾ ਕਿ ਬਗ ਬਗੌਰ ਦੁਨੀਆ ਬੜੀ ਸੀਗੀ ਉੱਥੇ ਜੇ ਅੱਗੋਂ ਪਾਇ ਗਏ ਇੱਕ ਤੁਹਾਡਾ ਘਰ ਮੁੰਡਾ ਗੰਬਰੂ ਸੀ ਉਹ ਇੱਥੇ ਵਿਆਹਿਆ ਸੀ ਉਹ ਸਾਰਿਆਂ ਨੂੰ ਭੱਜਾ ਉਹਦਾ ਤ੍ਰਿਖਾ ਸੀ ਦੋਨੋਂ ਕ੍ਰਾਂਤੀ ਵਿੱਚ ਪਾਈ ਉਹਦਾ ਸੀ ਉਹ ਸਾਰੇ ਮੇਰੇ ਜੇ ਛੋਟੀ ਪਾਇਆ ਸੀ ਨਾ ਜੇ ਨਾਲੇ ਸਕੀਨਾ ਸੀ ਉਹਨੂੰ ਆਉਂਦਿਆਂ ਉਹ ਚੁੱਕ ਲਿਆ ਉਹਨਾਂ ਨੇ ਆਹ ਕਈ ਵਾਰ ਮੇਰੇ ਤਾਂ ਪਿਓ ਆ ਗਿਆ ਮੇਰਾ ਤਾਂ ਪਿਓ ਆ ਗਿਆ ਵਿਆਹ ਰੱਬ ਰੱਖਣ ਵਾਲਾ ਇਹਾਂ ਟੁੱਟ ਗਿਆ ਲੈ ਗਿਆ ਸਾਨੂੰ ਕਾਰ ਇਸੇ ਅੰਦਰ ਵੜ ਗਿਆ ਤੁਸੀਂ ਫਿਰ ਲੁਕ ਗਏ
ਉਹ ਜੇ ਅਸੀਂ ਗਏ ਨਾ ਜਿਸ ਉਹਦਾ ਜਿਹੜਾ ਨੰਬਰਦਾਰ ਸੀ ਨਾ ਉਹ ਵੀ ਬੜਾ ਸੱਜਣ ਸੀ ਸਾਡੇ ਪਿਓ ਵਾਲਾ। ਅੱਛਾ ਉਹ ਸਾਨੂੰ ਤਾਂ ਦੇ ਲਿਆ ਬੰਦੇ ਉਹ ਮਾਰ ਲਿਆ ਚੰਗਾ ਅੱਗੇ ਬੂਹੇ ਡਾਲੀ ਉਹ ਮੰਜੀ ਰਫੜ ਲੈ ਕੇ ਪੈ ਗਿਆ ਇਹ ਪੈਰ ਜਿਹਾ ਕੁੱਦ ਕੇ ਗਿਆ। ਉਸ ਨੰਬਰਦਾਰ ਦਾ ਕੀ ਨਾਂ ਸੀ? ਰਹਿਮਤ ਅਲੀ। ਰਹਿਮਤ ਅਲੀ, ਹਾਂ। ਕਿਉਂਕਿ ਜਿਹੜੇ ਚੰਗੇ ਜਿਹਨਾਂ ਨੇ ਸ਼ਹੀਦ ਕੀਤੀ ਹੈ ਨਾ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ, ਉਹਨਾਂ ਦੇ ਵਿੱਚ ਆਉਣਾ ਚਾਹੀਦਾ ਸੀ। ਜਸਾ ਪੈ ਗਿਆ ਉਹਨਾਂ ਦੇ ਬਦਲੇ ਹਿੰਦੂ ਆਵਣੇ ਸਮਝਦੇ ਉਹ ਹੈਗਾ ਵੱਡੇ ਆ ਮੈਂ ਮਾਰਿਆ ਜਾਂਦਾ ਜੋਟ ਬੰਦੇ ਜਾਂਦਾ ਤੋੜ ਲਓ। ਅੱਛਾ ਕੋਈ ਨੇੜੇ ਨਹੀਂ ਗਿਆ ਉੱਥੇ ਇੱਕ ਵਡੇਰੀ ਜੀ ਮਾਰੀ ਸੀ ਉਹਨੂੰ ਉਹਨਾਂ ਮਾਰ ਛੱਡਿਆ। ਅੱਛਾ ਨਹੀਂ ਨਹੀਂ ਉਹ ਤੁਹਾਡੇ ਪਿੰਡ ਦੀ ਸੀ ਪਿੰਡ ਦੀ ਹਾਂ ਉਹਨੂੰ ਉਹਨਾਂ ਮਾਰ ਛੱਡਿਆ ਇਹ ਸਾਨੂੰ ਕਈ ਆਵਾਜ਼ ਨਹੀਂ ਮਾਰਿਆ ਉਹ ਜਾ ਕੇ ਜੋਰ ਚ ਪੈਂਦੀ ਜਗ੍ਹਾ ਹੋ ਜਾਓ ਇੱਕ ਮੈਂ ਤੁਹਾਨੂੰ ਜਾਣ ਦਿੱਤਾ ਕਿਸੇ ਨੇ ਮਿਲਵਾ ਕੇ ਮੇਰਾ ਪਿਓ ਹੀ ਕੋਈ ਹਾਂ ਉੱਥੇ ਰਹਿਆ ਜੀ 7-8 ਡਾਂਗਾ ਸੀ। ਅੱਛਾ ਉਹਨਾਂ ਆਖਿਆ ਜੀ ਜੱਟਾਂ ਆਖਿਆ ਇਹ ਗੱਲ ਹੈ ਕਿ ਜੇ ਤਾਂ ਤੁਸੀਂ ਜਾਣਾ ਹੈਗਾ ਤੇ ਤੋੜ ਕੰਪ ਦੇ ਵਿੱਚ ਤੁਹਾਨੂੰ ਛੱਡ ਕੇ ਅਸੀਂ ਆਉਂਦੇ ਹਾਂ ਅੱਛਾ ਤੇ ਜੇ ਤੁਸੀਂ ਰਹਿਣਾ ਉਹ ਤੁਹਾਡੀ ਮਰਜ਼ੀ ਪਿਓ ਸਾਡੇ ਆਖਣ ਦਾ ਮੇਰੇ ਪਿਛਲੇ ਉਮਰ ਦੇ ਰਾਹ ਦੇ ਮੈਂ ਨਹੀਂ ਹੈਗਾ ਜਾਣਾ। ਅੱਛਾ ਮੈਂ ਕਰਮਾ ਪੜਨਾ। ਅੱਛਾ ਉਹਨੂੰ ਪਿਆ ਕੇ ਮੁਕਦਮਾ ਪੜਨਾ? ਮੈਂ ਕਰਮਾ ਪੜਨਾ ਸਿੱਧੇ ਜਾ ਕੇ ਮੋਰ ਵੀ ਕਰਮਾ ਪੜਾ ਦਿੱਤਾ ਫਿਰ ਜੀ ਉਹ ਤੋਂ ਅਸੀਂ ਵਾਪਸ ਆਇਆ ਸਾਰਿਆਂ ਨੂੰ ਲੈ ਗਏ ਸੀ ਮਸਜਿਦ ਚ। ਹਾਂ ਸਾਰਿਆਂ ਨੂੰ ਲੈ ਕੇ ਬਾਅਦ ਜਦੋਂ ਮੇਰੇ ਕੋਲ ਕਰਮਾ ਪੜ ਗਿਆ ਹੋਇਆ। ਅੱਛਾ ਫਿਰ ਪਹਿਲਾਂ ਆਇਆ ਫਿਰ ਵੇਖ ਥੋੜ੍ਹੇ ਜਿਹੇ ਵਿੱਚ ਗੱਲ ਰਹਿ ਗਈ ਉਹ ਜਿਹੜਾ ਮੁੰਡਾ ਭੈਣ ਸਾਡੀ ਚੁੱਕ ਲਿਆ ਸੀ ਨਾ ਉਹ ਤੋਂ ਵੱਡਾ ਭਰਾ ਵੀ ਇੱਥੇ ਵੀ ਆਇਆ। ਅੱਛਾ ਤੇ ਜੇ ਜੇ ਰਾਮ ਤਲ ਸੀ ਨਾ ਉਹ ਆਖਰਗਾ ਚੱਲ ਭਾ ਭਾਈ ਆ ਜਾ ਫਿੱਟ ਹੋਣਾ ਵੀ ਧਾਰੋ ਕਿ ਆ ਚੱਲ ਚਲੀ ਗਈ। ਅੱਛਾ ਉਹ ਜੇ ਦੋਏ ਆਏ ਨੇ ਦੋਵੇਂ ਭਰਾ ਸਾਡਾ ਡੇਰਾ ਸੀ ਇੱਥੇ ਲੱਗਦੇ ਪਾਸੇ। ਅੱਛਾ ਪਹਿਲਾਂ ਡੇਰੇ ਤੇ ਆਏ ਨੇ ਉਹ ਉੱਥੇ ਹੁੰਦੇ ਪੱਠੇ ਕੁੱਤੀ ਦਾ ਟੋਕਿਆ ਦਾ ਮੁੰਡੀ ਹੁੰਦੀ ਲੱਕੜ ਦੀ। ਅੱਛਾ ਸਾਡੇ ਪਿਓ ਡੱਬੀਆਂ ਟੂੰਬਾ ਹੋਇਆ ਉਹਦੇ ਵਿੱਚ ਡੱਬੀਆਂ। ਅੱਛਾ ਉਹ ਸਾੜ ਕੇ ਨਾ ਉਹ ਮੁੰਡੀ ਉਤੋਂ ਪੁੱਟ ਕੇ ਨਾ ਤੇ ਟੂੰਬਾ ਕੱਢ ਲਈਆਂ। ਅੱਛਾ ਕੋਈ ਤਾਂ ਮੀਂਹ ਆਉਂਦਾ ਰਮਜ਼ਾਨ ਕੋਈ ਸਾਡਾ ਗੁਆਂਢੀ ਆਉਂਦਾ ਸੀ ਉਹ ਸੋਚਦੇ ਹੁੰਦਿਆਂ ਉਹਨੇ ਜਾ ਦਿੱਤੀਆਂ ਨੇ ਬਾਈ ਜੇ ਅਸੀਂ ਆ ਗਏ ਤਾਂ ਲੈ ਲਾਂਗੇ ਉਹ ਉਹ ਵਹਿੰਦਾ ਰਿਹਾ। ਅੱਛਾ ਉਹ ਵਹਿੰਦਾ ਜਿਹਾ ਬੰਦਾ ਜਿਹਾ ਨਾਲ ਸੀ ਉਹ ਜਾ ਕੇ ਪਿੰਡ ਦੱਸਿਆ ਦੂਜੇ ਡੰਗ ਵਾਲਾ ਮੈਂ ਅੱਜ ਧਾਰੋ ਕੇ ਜਾਣਾ ਸਾਡਾ ਪਿਓ ਸੀ ਬੜਾ ਸਿਆਣਾ ਉਹ ਕਹਿ ਸਾਰੀਆਂ ਗੱਲਾਂ ਸੁਣੀਆਂ ਤੇ ਜਾ ਕੇ ਮੀਂਹ ਕੋ ਟੂੰਬਾ ਲੈਣ ਜਾਣਾ ਤਾਂ ਉਹਨੇ ਹੁਣ ਹਾ ਹਾ ਛੱਡਣ ਜਾਣਾ ਉਹ ਆਖਣ ਦਾ ਹਾਂ ਰਹਿਣਾ ਨੀ ਸਾਡਾ ਪਿਓ ਦਾ ਹਾ ਹਾ ਵਾਪਸ ਜਾਣਾ ਪਿੰਡ ਧਾਰੋਗੇ ਪਿੰਡ ਧਾਰੋਗੇ ਫਿਰ ਉਹਦਾ ਪਿਓ ਸਾਡੇ ਨਾਲ ਆਇਆ ਇੱਥੇ ਤੋੜ ਉਹ ਬੜਾ ਪਾਲੇ ਤੋੜ ਪੈ ਰਿਹਾ ਆਹ ਵਾਹ ਡਾਲ। ਅੱਛਾ ਤੁਸੀਂ ਫਿਰ ਪਿੰਡ ਆ ਗਏ ਵਾਪਸ ਆ ਗਏ ਆ ਨਾ ਕੋਈ ਮੰਜੀ ਨਾ ਕੋਈ ਤਵਾ ਨਾ ਕੋਈ ਸ਼ੈ ਨਾ ਲੁੱਟ ਪੈ ਗਏ ਲੈ ਗਏ ਲੁੱਟ ਪੁੱਟ ਕੇ ਕੋਈ ਡੰਗਰ ਕਿਸੇ ਬੰਨ ਲੈ ਕੋਈ ਕਿਸੇ ਬੰਨ ਲੈ ਮਕਾਨ ਉਦੋਂ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ ਪੱਕੇ ਆ ਪੱਕੇ ਮਕਾਨ ਪੱਕੇ ਤੇ ਸਾਰਾ ਕੁਝ ਉੱਜੜ ਗਿਆ ਉੱਜੜ ਉੱਜੜ ਗਿਆ ਤੇ ਜਿਹੜਾ ਲੰਬੜਦਾਰ ਸੀ ਉਹਦਾ ਮਕਾਨ ਵੀ ਪੱਕਾ ਸੀ ਪੱਕੇ ਉਹਦੇ ਘਰ ਵੀ ਲੋਕਾਂ ਨੇ ਸਫਾਇਆ ਕਰਤਾ। ਆਹ ਬੜੀ ਲੁੱਟ ਮਾਰ ਕੀਤੀ
ਅੱਛਾ, ਜਦੋਂ ਤੁਹਾਡੇ ਬਜ਼ੁਰਗ ਵਾਪਸ ਪਿੰਡ ਆਏ ਆਪਣੇ ਹਾਂ ਤਾਰੋ ਕੇ, ਹਾਂ ਉਦੋਂ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਸੀ ਹਾਂ ਉਹਨਾਂ ਨੇ ਕੁਛ ਕਿਹਾ ਤੁਹਾਨੂੰ? ਨਹੀਂ, ਜੋ ਕਲਮਾ ਪਾਠ ਆਇਆ ਪਰ ਨਾਲ ਨਾਲ ਜਿਹੜੇ ਬੰਦੇ ਆਏ ਸਾਨੂੰ ਕਰਾਮ ਦਿੰਦੇ ਸਨ। ਫਿਰ ਝੰਡਾ ਲੱਗ ਗਿਆ, ਅੱਛਾ ਫਿਰ ਝੰਡਾ ਲਾ ਦਿੱਤਾ ਹਰ ਕੋਠੇ ਦੇ ਉੱਤੇ। ਕਾਹਦਾ ਝੰਡਾ ਲਾਇਆ ਸੀ? ਬਸ ਇਹ ਮੁਸਲਮਾਨ ਹੋ ਗਏ ਨੇ, ਅੱਛਾ ਇਹਨਾਂ ਆਵਾਜ਼ ਕੋਈ ਨਹੀਂ ਮਾਰ ਸਕਦੇ, ਜੇ ਅੱਲਾ ਮੂੰਹ ਆ ਗਿਆ ਝੰਡਾ ਵੇਖ ਕੇ ਅੜ ਲੈ। ਅੱਛਾ, ਸਹੀ ਹੋ ਗਿਆ। ਤੇ ਤੁਹਾਡਾ ਜਿਹੜੀ ਜ਼ਮੀਨ ਸੀ ਉਸ ਤੋਂ ਬਾਅਦ ਤੁਹਾਨੂੰ ਜ਼ਮੀਨ ਮਿਲੀ ਕਿ ਤੁਹਾਡੇ ਵੱਡਿਆਂ ਨੂੰ ਜਿਹੜੇ ਉਹ 6 ਪੈਲੀਆਂ ਦਿੱਤੀ ਸੀ ਕਿਸੇ ਦੂਜੇ ਹਿੱਸੇ ਦੇ, ਤੁਸੀਂ ਅਸਾਂ ਦੂਜੀ ਵੰਡ ਦਾ ਸਾਡਾ ਆਪ ਉਹ ਜੇ ਹਾਲ ਜਿੱਤੇ ਉਹਦੇ ਤੇ ਸਾਡੇ ਹਾਲ ਡੱਕੇ ਗਿਆ। ਅੱਛਾ, ਵਾਕਿਆ ਮਾਰ ਕੇ ਸਾਡੀ ਹੋ ਗਈ। ਫਿਰ ਨੋਟਿਸ ਦੇ ਕੇ ਫਿਰ ਛਡਾਏ ਸੀ, ਨੋਟਿਸ ਦੇ ਕੇ ਛਡਾਏ, ਨੋਟਿਸ ਦੇ ਕੇ ਛਡਾਏ ਸੀ। 6 ਕਿੱਲੇ ਫਿਰ ਤੁਹਾਨੂੰ ਮਿਲੇ? ਨਹੀਂ ਜੀ, ਸਾਰੀ ਬਿਲਡ ਗਈ 20 ਕਿੱਲੇ। ਤੇ ਜਿਹੜੇ ਤੁਹਾਡੇ ਚਾਚੇ ਬਾਬੇ ਚਲੇ ਗਏ ਸੀ ਹਾਂ ਉਹਨਾਂ ਦੀ ਵੀ ਜ਼ਮੀਨ ਹੈ ਸੀ? ਇੱਕ ਦੀ ਆਈ ਸੀ, ਇੱਕ ਦੀ ਕੋਲ ਸੀ। ਅੱਛਾ, ਸਹੀ ਹੈ। ਰਾਮ ਸਾਹਿਬ ਦੀ ਆਈ ਸੀ, ਅੱਛਾ ਤੇ ਮੇਲਾ ਰਾਮ ਦੀ ਕੋਲ ਸੀ। ਅੱਛਾ, ਰਾਮ ਚੰਦ ਦੀ ਹੈ ਸੀ, ਮੇਲਾ ਰਾਮ ਦੀ ਨਹੀਂ ਸੀ ਹੈ? ਨਹੀਂ, ਸਹੀ ਹੋ ਗਿਆ। ਯਾ ਅੱਛਾ ਬਜ਼ੁਰਗੋ, ਉਹ ਲੋਕ ਇੱਥੋਂ ਚਲੇ ਗਏ, ਤੁਸੀਂ ਆਪਣਾ ਇੱਥੇ ਵਸਣ ਲੱਗ ਪਏ, ਹਾਂ ਮੁਸਲਮਾਨਾਂ ਦੇ ਵਿੱਚ ਮੁਸਲਮਾਨ ਹੋ ਗਏ, ਬਿਲਕੁਲ ਠੀਕ ਹੈ। ਤੇ ਇੱਕ ਚੀਜ਼ ਹੋਰ ਦੱਸਣਾ, ਤੁਹਾਡੇ ਬਜ਼ੁਰਗ ਜਿਹੜੇ ਸੀ ਆਪੇ ਹੀ ਇਸਲਾਮ ਦੇ ਵਿੱਚ ਆਏ ਨੇ ਕਿ ਉਹਨਾਂ ਨੂੰ ਕਿਸੇ ਨੇ ਜ਼ਬਰਦਸਤੀ ਇਸਲਾਮ? ਨਹੀਂ ਨਹੀਂ ਜ਼ਬਰਦਸਤੀ ਕਿਸੇ ਨੇ, ਆਪੇ ਹੀ ਆਪਣੇ ਸ਼ੌਕ ਨਾਲ। ਅੱਛਾ, ਸਹੀ ਹੋ ਗਿਆ। ਅੱਛਾ, ਜਦੋਂ ਤੁਸੀਂ ਇੱਥੇ ਵਸਣ ਲੱਗ ਪਏ, ਉਜਾੜੇ ਖਤਮ ਹੋ ਗਏ, ਹਾਂ ਇੱਥੇ ਲੋਕ ਆ ਗਏ ਦੂਸਰੇ ਇੰਡੀਆ ਤੋਂ, ਹਾਂ ਵਸਣ ਲੱਗ ਪਏ, ਤੁਹਾਨੂੰ ਜਦੋਂ ਤੁਹਾਡੇ ਰਿਸ਼ਤੇ ਹੋਣੇ ਸੀ ਉਦੋਂ ਕੋਈ ਮੁਸ਼ਕਲਾਤਾਂ ਆਈਆਂ? ਹਾਂਜੀ, ਆਪਣੇ ਆਪਣੀ ਰਿਸ਼ਤੇਦਾਰੀ ਲੱਭਦੇ ਸਾਡੇ ਨੂੰ ਜਿਹੜੇ ਮੁਸਲਮਾਨ ਹੋਏ, ਅੱਜ ਤੱਕ ਆਪਣੀ ਰਿਸ਼ਤੇਦਾਰੀ ਜਾਂ ਸਾਹ ਕੀਤੇ ਕਰਾਇਆ ਨੇ। ਅੱਛਾ, ਹਾਂ ਰਿਸ਼ਤੇਦਾਰੀ ਹੋ ਗਈ, ਕਿਹੜਾ ਬੰਦਾ ਮੁਸਲਮਾਨ ਸੀ, ਜਿਹੜਾ ਸਿੱਖੋ ਮੁਸਲਮਾਨ ਹੋਇਆ ਤੇ ਹਿੰਦੂ ਹਿੰਦੂ ਮੁਸਲਮਾਨ ਹੋਇਆ। ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ, ਜਿਹੜੇ ਤੁਹਾਡੇ ਬਜ਼ੁਰਗ ਚਲੇ ਗਏ ਉਧਰ, ਉਹਨਾਂ ਨਾਲ ਕਰਮਾ ਪੜ ਲਿਆ, ਉਹ ਨਹੀਂ ਹੋ ਸਕਦਾ, ਉਹ ਦੀਨ ਛੱਡ ਕੇ ਦੀਨ ਅਜੇ ਹੋਰ ਕਿਹੜੇ ਦੀਨ ਅਜੇ ਸਿਮੜੀ, ਕਿੰਨੇ ਕੁ ਦਿਨ ਬਦਲੀਏ। ਉਦੋਂ ਪਿੱਛੇ ਵੀ ਨਹੀਂ ਪਾਈ, ਪਾਣੀ ਪੱਤ ਕਰਨਾਲ ਕਿੱਥੇ ਕਿੱਥੇ ਉਹ ਜਿਹੜਾ ਪਿੰਡ ਤੁਹਾਡਾ ਇੱਥੇ ਮੁੜ ਕੇ ਕੋਈ ਸਿੱਖ ਆਇਆ ਵਾਪਸ? ਆਏ ਨੇ, ਕਿਹੜਾ ਕਿਹੜਾ ਆਇਆ? ਖੱਤਰੀ ਸਾ ਸੰਨਿਆਰੇ। ਅੱਛਾ, ਉਹ ਕੀ ਕਰਨਾ ਆਏ ਸੀ? ਮਿਲਣ ਆਏ ਸੀ? ਮਿਲਣ ਆਇਆ ਸੀ, ਆਪਣਾ ਕੋਈ ਮਾਲ ਮੂਲ ਲੈਣ ਆਏ? ਨਹੀਂ, ਮਿਲਣ ਨਹੀਂ ਆਇਆ। ਮਿਲਣ ਆਇਆ? ਤੁਹਾਨੂੰ ਮੁਲਾਕਾਤ ਹੋਈ ਤੁਹਾਡੀ? ਹੋਈ। ਤੁਹਾਡਾ ਕੋਈ ਹਾਣੀ ਬੱਚਾ ਆਇਆ ਉਸ ਵੇਲੇ ਦਾ ਜਦੋਂ ਤੁਹਾਡੇ ਨਾਲ ਇੱਥੇ ਰਹਿੰਦਾ? ਉਹ ਮੈਂ ਤਾਂ ਉਡਾ ਕੇ ਪੜ੍ਹਦੇ ਰਹਿਆ, ਜਿਹੜਾ ਆ ਸੀ ਇੱਥੇ। ਅੱਛਾ, ਅਸੀਂ ਉਡਾ ਕੇ ਪੜ੍ਹਦੇ ਰਹੇ, ਪੜ੍ਹਦੇ ਸਨ। ਉਹਦਾ ਨਾਂ ਕੀ ਸੀ? ਇਹ ਯਾਦ ਨਾ, ਜਿਹੜਾ ਇੱਥੇ ਆ ਸੀ ਇਹੀ ਚੇਤਾ, ਉਹ ਫੌਟ ਹੋ ਗਿਆ ਵਿਚਾਰਾ, ਫਿਰ ਆਇਆ ਸੀ ਨਾ ਉੱਥੋਂ ਫੋਨ। ਅੱਛਾ, ਆ ਫੌਟ ਹੋ ਗਿਆ। ਆਪਣੇ ਰਿਸ਼ਤੇਦਾਰਾਂ ਨਾਲ ਫੋਨ ਤੇ ਰਾਬਤਾ ਕੋਈ ਨਹੀਂ ਹੈ?
ਜਦੋਂ ਅਸਾਂ ਆਖਿਆ ਤਜਰਬਾ ਪੜ ਲਿਆ ਬਿਲਕੁਲ ਸਾਨੂੰ ਇਹਨਾਂ ਕੁਛ ਕਰੋ ਬਾਹਰ ਲੈ ਤੋਂ ਤੋਂ ਲੈ ਜਾਣਾ ਅੱਛਾ ਬਜ਼ੁਰਗੋ ਹੁਣ ਕਦੀ ਆਪਣੇ ਉਹ ਲੋਕ ਜਿਹੜੇ ਇੱਥੇ ਵੱਸਦੇ ਸੀ 47 ਤੋਂ ਪਹਿਲੇ ਯਾਦ ਆਏ ਨੇ ਤੁਹਾਨੂੰ ਦੱਸਿਆ ਨਾ ਅੱਗੇ ਯਾਦ ਆਉਂਦੇ ਰਹੇ ਨੇ ਮੈਂ ਕਿਹਾ ਹਾਂ ਤੇ ਆਪਣੇ ਰਿਸ਼ਤੇਦਾਰਾਂ ਨਾਲ ਅਗਰ ਤੁਹਾਡਾ ਰਾਬਤਾ ਕਰਵਾ ਦਈਏ ਗੱਲ ਕਰੋਗੇ ਉਹਨਾਂ ਦੇ ਨਾਲ ਕਰਾਂਗੇ ਦਿਲ ਕਰਦਾ ਗੱਲ ਕਰਨ ਨੂੰ ਕਰਾਂਗੇ ਤੁਹਾਡਾ ਹਾਣੀ ਕੋਈ ਭਰਾ ਜਿਹੜਾ ਲੱਗਦਾ ਸੀ ਚਾਚੇ ਦਾ ਮੁੰਡਾ ਕੋਈ ਨਾਂ ਯਾਦ ਹੈ ਉਹਦਾ ਜਿਹੜਾ ਨਾ ਵੇਲਾ ਰਾਮ ਉਹਦਾ ਪੁੱਤਰ ਸੀ ਵੱਡਾ ਉਹ ਨਾ ਕ੍ਰਿਸ਼ਨ ਸੀ ਅੱਛਾ ਹੁਣ ਕੋਈ ਆਇਆ ਜਾ ਕੇ ਵਾ ਗਿਆ ਕੀ ਪਤਾ ਹੈ ਚਲੋ ਜੀ ਜਿਹੜਾ ਵੀ ਹੋਇਆ ਵੀਡੀਓ ਵੇਖੇਗਾ ਸੁਣੇਗਾ ਕੀ ਪਤਾ ਉਹਨਾਂ ਦਾ ਵੀ ਦਿਲ ਕਰਦਾ ਯਾਰ ਇਹ ਤਾਂ ਮੈਂ ਵੇਖੀ ਹੈ ਨਾ ਮੈਂ ਗੱਲ ਕਰਾਂਗਾ ਆਪ ਉਹਨਾਂ ਨੂੰ ਪਤਾ ਲੱਗ ਜਾ ਉਹ ਕਰਕੇ ਮੇਰੀ ਪਤਾ ਲੱਗ ਜਾ ਕਿਉਂਕਿ ਫੋਨ ਤੇ ਤੁਹਾਡਾ ਇੱਕੋ ਹੀ ਹੈ ਅਸਲ ਇੱਕੋ ਹੀ ਹੈ ਭਾਵੇਂ ਚਲੋ ਤੁਸੀਂ ਇਸਲਾਮ ਦੇ ਵਿੱਚ ਆ ਗਏ ਹੋ ਹਿੰਦੂ ਦੇ ਵਿੱਚ ਹੀ ਨੇ ਲੇਕਿਨ ਆਪਸ ਦੇ ਰਿਸ਼ਤੇਦਾਰੀ ਤੇ ਹੁੰਦੀ ਹੈ ਨਾ ਫੋਨ ਤੇ ਇੱਕ ਹੀ ਹੈ ਹੁਣ ਤੇ ਕੀ ਰਿਸ਼ਤੇਦਾਰ ਅੱਗੇ ਬਣ ਗਏ ਠੀਕ ਹੋ ਗਿਆ ਬਜ਼ੁਰਗੋ ਕੋਸ਼ਿਸ਼ ਕਰਾਂਗੇ ਤੁਹਾਡਾ ਰਾਬਤਾ ਹੋ ਜਾਏ ਉਹਨਾਂ ਦੇ ਨਾਲ ਜੇ ਉਹ ਵੀਡੀਓ ਵੇਖ ਕੇ ਸਾਡਾ ਰਾਬਤਾ ਕਰ ਦੇਣ ਅਸੀਂ ਤੁਹਾਡੇ ਨਾਲ ਆਪਸ ਤੇ ਆ ਰਾਮਚੰਦ ਦੀ ਲਾਟ ਹੋਵੇ ਮੇਲਾ ਰਾਮ ਦੀ ਹੋਵੇ ਗੋ ਉਹ ਆਪ ਤੇ ਫੌਤ ਹੋ ਗਏ ਉਹਨੇ ਤੇ ਹਾਂ ਇਸੇ ਤਰ੍ਹਾਂ ਹੀ ਹਾਂ ਚਲੋ ਕੋਈ ਨਾ ਕੋਈ ਹੋਇਆ ਤੇ ਜ਼ਰੂਰ ਅੱਗੋਂ ਉਹਨਾਂ ਦੀ ਲਾਟ ਚਾਹੀਏ ਨਾ ਠੀਕ ਹੋ ਉਹਨਾਂ ਛੱਡ ਕੇ ਹੋਰ ਹੋਣਗੇ ਜਿਵੇਂ ਸਾਡੇ ਨੇ ਹੁਣ ਸਹੀ ਹੋ ਗਿਆ ਠੀਕ ਹੈ ਬਜ਼ੁਰਗੋ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ